ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈਓ, ਦੋਸਤੋ, ਸਭੀ ਪ੍ਰਿਯਜਨੋ, ਆਜ ਮੈਂ ਆਪਕੋ ਰੇਕੀ ਕਾ ਲੈਵਲ 1 ਕਾ ਸੈਲਫ ਅਟਿਊਨਮੈਂਟ ਕੈਸੇ ਕਰਨਾ ਹੈ ਵੋ ਬਤਾਊਂਗਾ। ਇਹ ਸਿੰਬੋਲ ਪਹਿਲੇ ਹੀ ਮੈਂ ਬਤਾ ਚੁੱਕਾ ਹੂੰ ਕਿ ਚੌਕੋਰੇ ਬਣਾਉਣਾ ਆਪ ਬਹੁਤ ਥਾਰੋਲੀ ਸਿੱਖ ਲੀਜੀਏ। ਇਹ ਆਪਕੋ ਥਰਡ ਆਈ ਸੇ ਬਣਾਉਣਾ, ਐਸੇ ਕਰਕੇ ਜੋ ਸਿਖਾ ਰਿਹਾ ਵੈਸੇ ਬਣਾਉਣਾ, ਉਂਗਲੀਓ ਸੇ ਜਾਂ ਇੱਕ ਉਂਗਲੀ ਸੇ ਜਾਂ ਦੋ ਉਂਗਲੀ ਸੇ ਜਾਂ ਪਾਂਚ ਉਂਗਲੀ ਸੇ, ਐਸੇ ਬਣਾਉਣਾ ਆਪ ਸਿੱਖ ਲੀਜੀ। ਹਵਾ ਮੇਂ ਵੀ ਬਣਾ ਸਕਤੇ ਹੈ, ਐਸੇ ਕਰਕੇ ਇਹ ਆਪ ਸਿੱਖ ਚੁੱਕੇ ਹੈ। ਔਰ ਆਜ ਆਪਾਂ ਸੈਲਫ ਅਟੇਨਮੈਂਟ ਫਸਟ ਲੈਵਲ ਰੇਕੀ ਸਿੱਖੇਂਗੇ। ਵੈਸੇ ਇਸਕੇ ਬਹੁਤ ਪੈਸੇ ਲੈ ਲੈਤੇ ਹੈ ਮਾਸਟਰ ਲੋਕ, ਲੇਕਿਨ ਮੈਂ ਆਪਕੋ ਇਸਕੀ ਜਾਣਕਾਰੀ ਦੇ ਰਹਾ ਹੂੰ ਕਿ ਆਪ ਆਪਣਾ ਸੈਲਫ ਅਟੇਨਮੈਂਟ ਕਰ ਲੀਜੀਏ ਔਰ ਕਰਕੇ ਆਪਣੇ ਆਪ ਮੇਂ ਰੇਕੀ ਕਾ ਪ੍ਰਭਾਵ ਜਿਹੜਾ ਹੈ ਉਸਕਾ ਫਲੋ ਜੋ ਹੈ ਉਸਕੋ ਆਪਣੇ ਬਾਡੀ ਮੇਂ, ਮਾਇੰਡ ਮੇਂ, ਸਪਿਰਿਟ ਮੇਂ ਸਟੇਬਲ ਕਰ ਲੀਜੀਏ। ਆਪ ਆਪਣਾ ਵੀ ਕਰ ਲੀਜੀਏ, ਦੂਸਰੋ ਕਾ ਵੀ ਆਪ ਫਿਰ ਉਸਕੇ ਬਾਅਦ ਮੇਂ ਕਰ ਸਕਤੇ ਹੈ। ਇਸਕੋ ਕੈਸੇ ਕਰਨਾ ਹੈ ਯੇ ਮੈਂ ਬਤਾਊਂਗਾ ਆਜ ਕੀ ਵੀਡੀਓ ਮੇਂ। ਸਬਸੇ ਪਹਿਲੇ ਸੁਬਹੇ ਸੁਬਹੇ ਕਰੀਬ 6 ਵਜੇ ਤੱਕ ਆਪ ਉੱਠ ਜਾਈਏ, ਨਹਾ ਲੀਜੀਏ, ਧੋ ਲੀਜੀਏ। ਲੂਜ਼ ਐਂਡ ਨੈਚੁਰਲ ਕੱਪੜੇ ਵਸਤਰ ਜੋ ਵੀ ਹੈ ਆਪਕੇ ਪਾਸ, ਪਜਾਮਾ ਕੁੜਤਾ, ਢਿੱਲੇ ਢਾਲੇ ਆਰਾਮ ਸੇ ਕੁਰਸੀ ਪੇ ਬੈਠ ਜਾਈਏ। ਦੂਸਰਾ ਸਟੈਪ ਕਿਆ, ਆਂਖੇ ਬੰਦ ਕਰ ਲੈਣੀ ਹੈ, ਸਾਂਸੋ ਕੀ ਗਤੀ ਕੋ ਐਸਾ ਕਰੀਏ ਕਿ ਡੀਪ ਸਾਂਸੇ ਜਾ ਰਹੀ ਹੈ, ਆਪਕਾ ਨੇਵਲ ਜੋ ਹੈ ਅਪ ਐਂਡ ਡਾਊਨ ਹੋ ਰਹਾ ਹੈ ਔਰ ਆਪਕਾ ਜੋ ਮਨ ਹੈ ਸ਼ਾਂਤੀ ਮੇਂ ਮਹਿਸੂਸ ਕਰਨੇ ਲਗਾ ਹੈ। ਜਬ ਸਾਂਸ ਨੇਵਲ ਤੱਕ ਜਾਏ, ਨੇਵਲ ਕੇ 1 ਇੰਚ ਔਰ ਨੀਚੇ ਤੱਕ ਜਾਏ, ਆਪ ਉਸਕੋ ਵਾਚ ਕਰੀਏ, ਮਨ ਕੋ ਇਕਦਮ ਸ਼ਾਂਤ ਹੋ ਜਾਏਗਾ। ਅਬ ਆਪਕੋ ਕਿਆ ਕਰਨਾ ਹੈ, ਦੋ ਚਾਰ ਬਾਤੇ ਧਿਆਨ ਮੇਂ ਰੱਖਣੀ ਹੈ। ਰੇਕੀ ਊਰਜਾ ਕੋ ਰਿਕੁਐਸਟ ਕਰਨੀ ਹੈ, ਮੈਂ ਕੋਈ ਸਾਹਿਬ ਕੋ ਆਪਣਾ ਗੁਰੂ ਮਾਨਨਾ ਹੈ, ਡਾਕਟਰ, ਮੈਂ ਕੋਈ ਉਸੀ ਜਾਪਾਨ ਕੇ ਤੋ ਉਨਕੋ ਆਪਕੋ ਗੁਰੂ ਮਾਨਨਾ ਹੈ। ਰੇਕੀ ਊਰਜਾ ਖੁਦ ਇੰਟੈਲੀਜੈਂਟ ਹੈ, ਉਸਮੇਂ ਬਹੁਤ ਵਿਜ਼ਡਮ ਹੈ, ਵੋ ਆਪਕੀ ਹਰ ਗਤੀ ਕੋ ਅੰਦਰ ਕੇ ਮਨ ਕੀ ਬਾਤ ਕੋ ਸਮਝਤੀ ਹੈ ਔਰ ਉਸਮੇਂ ਸਮਝਦਾਰੀ ਬਹੁਤ ਹੈ। ਹਮਾਰੇ ਸਰੀਰ ਮੇਂ ਮੈਨੇ ਪਹਿਲੇ ਹੀ ਆਪਕੋ ਬਤਾਇਆ ਥਾ ਕਿ 7 ਚੱਕਰਾ ਹੈ। ਇਧਰ ਮੇਂ ਕਰਾਊਨ ਚੱਕਰਾ ਹੈ, ਥਰਡ ਆਈ ਚੱਕਰਾ ਹੈ, ਥਰੋਟ ਚੱਕਰਾ ਹੈ ਜਾਂ ਹਾਰਟ ਚੱਕਰਾ ਹੈ। ਨੀਚੇ ਕੇ ਚੱਕਰਾ ਜੋ ਹੈ ਕਾਰਮਿਕ ਇਸ਼ੂ ਕੇ, ਯਹਾਂ ਕੇ ਜੋ ਉੱਪਰ ਕੇ ਸਪਿਰਿਚੁਅਲਿਟੀ ਸੇ ਰਿਲੇਟਡ ਹੈ। ਲੇਕਿਨ ਹਮੇਰੇ ਚੌਕੋਰੇ ਜੋ ਹੈ ਆਪਣੇ ਆਪ ਔਰ ਇੱਕ ਬਾਡੀ ਮੇਂ ਜਬ ਜਾਏਗਾ, ਸਾਰੇ ਚੱਕਰੋ ਮੇਂ ਆਪਣੇ ਆਪ ਪਹੁੰਚੇਗਾ, ਲੇਕਿਨ ਹਮ 4 ਚੱਕਰੋ ਮੇਂ ਉਸਕੋ ਸਟੇਬਲ ਕਰੇਂਗੇ, ਸਥਿਰ ਕਰੇਂਗੇ ਔਰ ਉਹ ਜੋ ਹੈ ਜ਼ਿੰਦਗੀ ਭਰ ਕੇ ਲਈ ਜੋ ਹੈ ਸਥਿਰ ਹੋ ਜਾਏਗਾ। ਅਬ ਸਭਸੇ ਪਹਿਲਾ ਸਟੈਪ ਕਿਆ ਕਰਨਾ, ਕਮਰੇ ਕੋ ਸਪਿਰਿਚੁਅਲੀ ਸ਼ੁੱਧ ਕਰਨਾ ਹੈ। ਕਮਰੇ ਕੋ ਸਪਿਰਿਚੁਅਲੀ ਸ਼ੁੱਧ ਕਰਨੇ ਕੇ ਲਈ ਜੈਸੇ ਇੱਕ ਕਾਰਨਰ ਵਹਾਂ ਹੈ ਐਸੇ ਇੱਕ ਬਣਾਉਣਾ ਹੈ। ਚੌਕੋਰੇ 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 ਸ਼ੁੱਧ ਸ਼ੁੱਧ ਸ਼ੁੱਧ। ਅਬ ਜੋ ਕਲਾਕਵਾਈਜ਼ ਦੂਸਰੀ ਤਰਫ ਹੀ ਕਰਨਾ ਹੈ, ਐਸੇ ਚੌਕੋਰੇ 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 ਸ਼ੁੱਧ ਸ਼ੁੱਧ ਸ਼ੁੱਧ। ਅਬ ਪੀਛੇ ਸੇ ਜੋ ਹੈ ਮੈਂ ਤੋ ਆਪਣਾ ਯੇ ਥਰਡ ਆਈ ਸੇ ਜੋ ਹੈ ਨਾ ਪਿਛਲਾ ਪੋਰਸ਼ਨ ਪਿਨਲ ਗ੍ਰੈਂਡ ਸੇ ਹੀ ਕਰ ਲੇਤਾ ਹੂੰ। ਅਬ ਮੈਂ ਕਰ ਰਹਾ ਹੂੰ ਯੇ ਵਾਲੇ ਕੋਨੇ ਕਾ। ਮੈਨੇ ਥਰਡ ਆਈ ਸੇ ਚੌਕੋਰੇ ਬਣਾਇਆ ਪੀਛੇ ਕੀ ਤਰਫ ਹੀ ਔਰ ਜੋ ਹੈ ਚੌਕੋਰੇ ਚੌਕੋਰੇ 3 ਬਾਰ ਮਨ ਮੇਂ ਕਹਾ ਔਰ ਸ਼ੁੱਧ ਸ਼ੁੱਧ ਕਾ ਆਵਾਹਨ ਕੀਆ। ਅਬ ਸਾਹਮਣੇ ਕਾ ਜੋ ਇਸ ਤਰਫੀ ਕਾ ਪੋਰਸ਼ਨ ਹੈ, ਕਿਉਂਕਿ ਐਸੇ ਕਲੋਕਵਾਈਜ਼ ਚੱਲ ਰਹਾ ਹੂੰ, ਵੈਸੇ ਸਾਹਮਣੇ ਕਾ ਜੋ ਪੋਰਸ਼ਨ ਹੈ ਉਸਨੇ ਵੀ ਕਰ ਦੇਤਾ ਹੂੰ। ਚੌਕੋਰੇ 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 ਸ਼ੁੱਧ ਸ਼ੁੱਧ ਸ਼ੁੱਧ। ਕਮਰਾ ਜੋ ਹੈ ਸਪਿਰਿਚੁਅਲੀ ਸ਼ੁੱਧ ਹੋ ਗਿਆ ਹੈ ਔਰ ਰੇਕੀ ਊਰਜਾ ਕਾ ਪ੍ਰਵਾਹ ਇਸਮੇਂ ਆ ਗਿਆ ਹੈ, ਇਸਮੇਂ ਅਬ ਕੋਈ ਵੀ ਅਸ਼ੁੱਧਤਾ ਨਹੀਂ ਹੈ। ਯਦੀ ਆਪਕੋ ਕੁਛ ਔਰ ਐਕਸਟਰਾ ਕਰਨਾ ਤੋ ਆਪ ਉੱਪਰ ਛੱਤ ਮੇਂ ਵੀ ਕਰ ਸਕਤੇ ਹੈ, ਐਸੇ ਚੌਕੋਰੇ ਚੌਕੋਰੇ ਚੌਕੋਰੇ, ਨੀਚੇ ਜ਼ਮੀਨ ਪੇ ਵੈਸੇ ਕਰ ਸਕਤੇ ਹੈ, ਚੌਕੋਰੇ 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 ਸ਼ੁੱਧ ਸ਼ੁੱਧ ਸ਼ੁੱਧ। ਉੱਪਰ ਵੀ ਸ਼ੁੱਧ, ਨੀਚੇ ਚਾਰ ਹੀ ਦਿਸ਼ਾਏ ਜੋ ਹੈ ਚੌਕੋਰੇ ਸੇ ਭਰ ਗਈ, ਸ਼ੁੱਧਤਾ ਆ ਗਈ ਹੈ।
एक स्टेप कंप्लीट हो गया है, दो स्टेप हो गए, कुर्सी पे आप बैठ चुके हैं, कमरा शुद्ध कर लिया है। अब जो हम अट्यूनमेंट की तरफ ही बढ़ेंगे, सबसे पहले दोनों हाथों को जोड़ेंगे, हृदय चक्र के पास ले आएंगे, प्रार्थना करेंगे, हे रिक्की ऊर्जा, मैं आपका अट्यूनमेंट ले रहा हूँ या ले रही हूँ, मुझे मेरे शरीर में जिंदगी भर के लिए प्रवाहित होना हो रही है, मैं कई उसी मेरे गुरु हैं परमजीत सिंह मेरे को बता रहे हैं, मैं सबका धन्यवाद करता हूँ। अब दोनों हाथों को क्राउन चक्र के ऊपर अर्थात हेड के ऊपर ले जाना है। ऐसे हेड के ऊपर ले जाने के बाद जो राइट हैंड है आप उससे लिखना शुरू करें, ऐसे हवा में ही लिखना है ऐसे, लेकिन क्राउन चक्र के ऊपर चौकोरे चौकोरे चौकोरे, और उसको कंप्रेस कर देना ऐसे, स्थिर हो स्थिर हो स्थिर हो। अब हमारा दूसरा चक्रा इधर में आईब्रोस चक्रा, इसके सामने बनाना है ऐसे छोटा सा, चौकोरे चौकोरे चौकोरे, स्थिर हो स्थिर हो स्थिर हो। स्थिरता के लिए थोड़ा सा टाइम देना, आधा मिनट। अब ये हमारा थ्रोट चक्र है, थ्रोट चक्र में देखिए यहाँ पे एक पार्टीशन लाइन रहती है बीच में, तो इधर में जो है अपने को अंदाज से चौकोरे चौकोरे चौकोरे, स्थिर हो स्थिर हो स्थिर हो। उसके बाद में हमारा हार्ट चक्र का सेंटर यहाँ पे है, इधर में बनाना है बड़ा चौकोरे 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 चौकोरे, स्थिर हो स्थिर हो स्थिर हो। अब फिर दोनों हाथों को ऐसे जोड़ लेना है, फिर सीधे हाथ जो राइट हैंड साइड उससे हमको ऐसे अपने हाथ दूसरे हाथ में बनाना है, चौकोरे चौकोरे चौकोरे, शुद्ध हो शुद्ध हो शुद्ध हो। अब दूसरे अपोजिट हैंड में बनाएंगे हम, चौकोरे चौकोरे चौकोरे, शुद्ध हो शुद्ध हो शुद्ध हो, स्थिर हो स्थिर हो स्थिर हो। अब भगवान से प्रार्थना करनी है और रेकी ऊर्जा और मैं कोई सा आपको धन्यवाद देना है, मनी मन में भी दे सकते हैं, बोल के भी दे सकते हैं। रेकी ऊर्जा, मैं आपका धन्यवाद करता हूँ, मैं अब आपके साथ जिंदगी भर के लिए ट्यून्ड हो गया हूँ। मेरे गुरु डॉक्टर मैको यसुई साहब हैं, परमजीत सिंह साहब ने मुझे बताया है और गुरु के हिदायत से अब रेकी ऊर्जा मेरे में प्रवाहित हो रही है, मैं जिंदगी भर के लिए अट्यून हो गया हूँ। धन्यवाद धन्यवाद धन्यवाद। अब ऐसे करके जो है ना हाथों में फील करना है थोड़ी देर के लिए, आप देखेंगे कि दोनों हाथों में ऐसे चुमचुम चुमचुम हो रही है, प्रवाह जो है शुरू हो गया और जिंदगी भर तक के लिए रहेगा। वाहेगुरु जी का खालसा, वाहेगुरु जी की फतेह।